ਮੈਂ ਮੇਰੇ ਨੌਜਵਾਨ ਭੈਣ ਭਰਾਵਾਂ ਨੂੰ ਇੱਕ ਬੇਨਤੀ ਕਰਦਾ ਕਿ ਬਾਈ ਸਿੱਧੂ ਇਸ ਦੁਨੀਆ ਵਿੱਚ ਚਲਾ ਗਿਆ ਉਹਨੇ ਮੁੜ ਕੇ ਵਾਪਸ ਨਹੀਂ ਆਉਣਾ ਬੜੇ ਲੱਖਾਂ ਕਰੋੜਾਂ ਦੇ ਵਿੱਚੋਂ ਨੌਜਵਾਨ ਪਿਆਰ ਕਰਦੇ ਨੇਗੇ ਤੇ ਮੈਂ ਦੱਸਣਾ ਚਾਹਣਾ ਆ ਜਿਹੜੇ ਦਰਖਤ ਸਾਰੇ ਪਾਇਲੇ ਲਿਆ ਤੇ ਇਹਦੇ ਵਿੱਚੋਂ ਕਿੱਕਰਾਂ 베ਰੀਆਂ ਟਾਲੀਆਂ ਨੰਮ ਨੇ ਇਹਦੇ ਵਿੱਚ ਝੰਡ ਨੇ ਇਹਦੇ ਵਿੱਚ ਅੱਜ ਬੂਟੇ ਸੌਕ ਦੇ ਕਰੀਬ ਜਿਹੜਾ ਬੂਟਾ ਮੈਂ ਇਹ ਮੰਗਵਾਇਆ ਬੂਟੇ ਮੈਂ ਜ਼ਿਆਦਾ ਇਸ ਕਰਕੇ ਨਹੀਂ ਮੰਗਾਇਆ ਕਿਉਂਕਿ ਗਰਮੀ ਬਹੁਤ ਪੈ ਰਹੀ ਹੈ ਲੋਬੀ ਚੱਲ ਰਹੀ ਹੈ ਮੈਂ ਜਲਾਈ ਦੇ ਮਹੀਨੇ ਹਰ ਸਾਲ ਜਿਹੜੇ ਬੂਟੇ ਲੈਣਾ ਹੁੰਦਾ ਪਰ ਅੱਜ ਬਾਈ ਦੇ ਜਿਹੜੀ ਫੁੱਲਾਂ ਦੀ ਰਸਮ ਸੀਗੀ ਅਕਸਰ ਹੀ ਕਈ ਥਾਵਾਂ 'ਤੇ ਜਦੋਂ ਕਿਸੇ ਆਪਣੇ ਚਾਹਵਨ ਵਾਲਿਆਂ ਦੇ ਜਦੋਂ ਫੁੱਲ ਉਹਨਾਂ ਦੇ ਚੁੱਕੇ ਜਾਂਦੇ ਨੇਗੇ ਕਈ ਪਿੰਡਾਂ ਦੇ ਵਿੱਚ ਕੀ ਫੁੱਲ ਚੁੱਕ ਕੇ ਨਾ ਉੱਥੇ ਉੱਤੇ ਬੂਟੇ ਲਾਉਣ ਦੇ ਨਵੀਂ ਪਰੰਪਰਾ ਚਲੋ ਚੰਗੀ ਪਰੰਪਰਾ ਜਿਹੜੀ ਇਹ ਚੱਲੀ ਆ ਪਰ ਬਾਈ ਦੇ ਜਿਹੜੇ ਫੁੱਲ ਉੱਥੇ ਪਾ ਕੇ ਆਂਦੇ ਗਏ ਨੇਗੇ ਪਰ ਮੈਂ ਉਸ ਦੀ ਯਾਦ ਦੇ ਵਿੱਚ ਸ਼ਾਮ ਥੋੜਾ ਲੇਟ ਹੋਗਾ ਸੀਗਾ ਮੈਂ ਕੱਲ ਦਾ ਪ੍ਰੋਗਰਾਮ ਰੱਖਿਆ ਵੀ ਜਿਹੜਾ 100 ਬੂਟਾ ਸਵੇਰੇ ਲਾਉਣਾ ਵਜ ਦੀ ਯਾਦ ਦੇ ਵਿੱਚ ਕਿਉਂਕਿ ਜਿਹੜਾ ਇਨਸਾਨ ਦੁਨੀਆ ਤੋਂ ਚਲਾ ਗਿਆ ਉਹਨੇ ਮੁੜ ਕੇ ਨਹੀਂ ਆਉਣਾ ਪਰ ਉਹਦੀ ਯਾਦ ਦੇ ਵਿੱਚ ਉਹਦੀ ਰੂਹ ਦੀ ਸ਼ਾਂਤੀ ਲਈ ਆਪਾਂ ਕੀ ਕਰ ਰਹੇ ਹਾਂ ਇੱਕ ਤਾਂ ਹੁੰਦੀਆਂ ਫਾਰਮਲਿਟੀਆਂ ਫੋਕੀਆਂ ਕਈ ਹੁੰਦਿਆਂ ਨਗੀਆਂ ਕਈ ਕੰਜਰ ਹੁੰਦਿਆਂ ਨਗੀਆਂ ਕਈ ਲੀਡਰਾਂ ਨੂੰ ਵੋਟਾਂ ਦਾ ਹੁੰਦਾ ਰਾਜਨੀਤਿਕ ਬੰਦਿਆਂ ਨੂੰ ਕੀ ਹੁੰਦਾ ਪਰ ਤੁਸੀਂ ਦਿਲੋਂ ਕਿਸੇ ਅਨਸਾਲ ਲਈ ਕੀ ਦਬਾ ਕਰ ਰਹੇ ਹੋ ਕਿਸੇ ਵੀ ਇਨਸਾਨ ਦੇ ਤੁਸੀਂ ਸੰਸਕਾਰ ਤੇ ਜਾ ਰਹੇ ਹੋ ਇੱਕ ਮੈਂ ਤੁਹਾਨੂੰ ਦੱਸ ਦੇਣਾ ਕਿਸੇ ਦੀ ਭੋਗ ਤੇ ਜਾ ਰਹੇ ਹਾਂ ਇੱਕ ਅੰਤਮ ਅਰਦਾਸ ਕਿਨੂੰ ਕਿਹਾ ਜਾਂਦਾ ਇੱਕ ਜਦੋਂ ਕਿਸੇ ਦੇ ਵੀ ਤੁਸੀਂ ਆਪਣੇ ਚਾਹਵਨ ਵਾਲੇ ਦੇ ਜਾ ਰਹੇ ਹੋ ਨਾ ਸੰਸਕਾਰ ਤੇ ਜਾ ਰਹੇ ਹੋ ਭੋਗ ਤੇ ਜਾ ਰਹੇ ਹੋ ਇੱਕ ਚੀਜ਼ ਦਾ ਜ਼ਰੂਰ ਖਿਆਲ ਰੱਖਿਓ ਕਿ ਰੱਬ ਦਾ ਸਿਮਰਨ ਪ੍ਰਮਾਤਮਾ ਦਾ ਸਿਮਰਨ ਪ੍ਰਮਾਤਮਾ ਅੱਗੇ ਅਰਦਾਸ ਕਰੇ ਜਦੋਂ ਕੋਈ ਬੰਦਾ ਚਲਾ ਗਿਆ ਉਹਦੇ ਲਈ ਰੋਣਾ ਵੀ ਬੜੇ ਚੰਗੀ ਗੱਲ ਨਹੀਂ ਹੁੰਦੀ ਜਿਵੇਂ ਅਸੀਂ ਕਹੀਏ ਵੀ ਤੁਹਾਡਾ ਚਾਹਵਨ ਵਾਲਾ ਕੋਈ ਚਲਾ ਗਿਆ ਨਾ ਬਹੁਤ ਸਾਰੀਆਂ ਕਹਾਣੀਆਂ ਮੈਂ ਕਥਾ ਗੁਰੂ ਘਰਾਂ ਦੇ ਵਿੱਚ ਸੁਣੀਆਂ ਨੇਗੀਆਂ ਵੀ ਜੇ ਤੁਸੀਂ ਆਪਦਾ ਚਾਹਵਨ ਵਾਲੇ ਲਈ ਰੋਨੇ ਹੋ ਤਉ ਉਹਦੀ ਰੂਹ ਨੂੰ ਸ਼ਾਂਤੀ ਨਹੀਂ ਮਿਲਦੀ ਪਰ ਉਹਦੀ ਰੂਹ ਲਈ ਅਰਦਾਸ ਕਰੋ ਬੇਨਤੀ ਕਰੋ ਪ੍ਰਮਾਤਮਾ ਅੱਗੇ ਦੁਆ ਕਰੋ ਤੇ ਉਹਦੀ ਰੂਹ ਲਈ ਸ਼ਾਂਤੀ ਰੱਖਣ ਲਈ ਕੋਈ ਇਹੋ ਜਿਹਾ ਵਾਤਾਵਰਣ ਲਈ ਕੰਮ ਕਿਉਂਕਿ ਮੈਨੂੰ ਲੱਗਦਾ ਵੀ ਮੇਰੀ ਨਿਗਾਹ ਦੇ ਵਿੱਚ ਸਭ ਤੋਂ ਵੱਡੀ ਇਹ ਸੇਵਾ ਹੁੰਦੀ ਹੈ ਜੇ ਤੁਸੀਂ ਕਿਤੇ ਬੂਟੇ ਲਾਉਣੇ ਬੂਟੇ ਨੂੰ ਪਾਲਦੇ ਹੋ ਬੂਟੇ ਦੇ ਨਾਲ ਕਿੰਨੀਆਂ ਜਿਹੜਾ ਇੱਕ ਬੂਟਾ ਪੌਦਾ ਲਾਉਣ ਦੇ ਨਾਲ ਕਿੰਨੀਆਂ ਚੀਜ਼ਾਂ ਨੂੰ ਫਾਇਦਾ ਹੁੰਦਾ ਜਾਨਵਰਾਂ ਨੂੰ ਕੁਦਰਤ ਨੂੰ ਹਵਾ ਨੂੰ ਪਾਣੀ ਨੂੰ ਇੱਕ ਬੂਟੇ ਦੇ ਨਾਲ ਕਿੰਨੀਆਂ ਜੜੀਆਂ ਕਿੰਨੀਆਂ ਨੂੰ ਬਹਾਰ ਮਿਲਦੀ ਹੈ ਕੁਦਰਤ ਨੂੰ ਬਹਾਰ ਮਿਲਦੀ ਹੈ ਇਸ ਕਰਕੇ ਜਦੋਂ ਕੁਦਰਤ ਖੁਸ਼ ਹੁੰਦੀ ਹੈ ਤਾਂ ਫਿਰ ਔਰ ਉਸ ਅਨਸਾਨ ਦੀ ਵੀ ਰੂਹ ਨੂੰ ਜਿਹੜੀ ਸ਼ਾਂਤੀ ਮਿਲਦੀ ਹੈ ਸਿੱਧੂ ਬਾਈ ਦੀ ਯਾਦ ਦੇ ਵਿੱਚ ਇਹ ਮੈਂ 100 ਬੂਟਾ ਜਿਹੜਾ ਕੱਢ ਨੂੰ ਲਾਉਣਾ ਮੈਂ ਹਰ ਇੱਕ ਪਿੰਡਾਂ ਦੇ ਨੌਜਵਾਨਾਂ ਨੂੰ ਜਿੱਥੇ ਵੀ ਦੁਨੀਆ ਦੇ ਵਿੱਚ ਨੌਜਵਾਨ ਵਸਦੇ ਨੇਗੇ ਮੈਂ ਉਹਨਾਂ ਨੂੰ ਇੱਕੋ ਹੀ ਬੇਨਤੀ ਕਰਦਾ ਨੌਜਵਾਨ ਮੇਰੇ ਵੀਰੋ ਸਿੱਧੂ ਬਾਈ ਦੀ ਯਾਦ ਦੇ ਵਿੱਚ ਜੇ ਤੁਸੀਂ ਉਹਨੂੰ ਦਿਲੋਂ ਪਿਆਰ ਕਰਦੇ ਹੋ ਤਾਂ ਉਹਦੀ ਯਾਦ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਬੂਟੇ ਲਗਾਓ ਰੁੱਖ ਲਗਾਓ ਤੇ ਕੋਈ ਯਾਦ ਦੇ ਵਿੱਚ ਉਹਦਾ ਭਲਾ ਕੰਮ ਕਰੋ ਤਾਂ ਕਿ ਜਿਹੜੀ ਉਹਦੀ ਰੂਹ ਨੂੰ ਸ਼ਾਂਤੀ ਮਿਲ ਸਕੇ ਆ ਰੋਣਾ ਬਹੁਤ ਸਾਰੇ ਨੌਜਵਾਨ ਰੋਂਦੇ ਨੇਗੇ ਬਹੁਤ ਸਾਰੀਆਂ ਗੱਲਾਂ ਹੋਈਆਂ ਨੇ ਕਿ ਮੇਰੇ ਕੋਲ ਮੇਰੀ ਮਾਂ ਵਿਛੜ ਕੇ ਚਲੀ ਗਈ ਸੀ ਜਿਹਨੇ ਮੈਨੂੰ ਢਿੱਡੋਂ ਜੰਮਿਆ ਸੀਗਾ ਮੈਨੂੰ ਉੱਥੋਂ ਜਿਹੜੀ ਆਦਤ ਬਣੀ ਇਹ ਵੀ ਉਹਦੀ ਵੀ ਉਹਦੀ ਸ਼ਾਂਤੀ ਲਈ ਮੈਂ ਬੂਟੇ ਲਾਉਣੇ ਉਹ ਤੋਂ ਸ਼ੁਰੂ ਕਰੇ ਸੀਗੇ ਕਈ ਸਾਲਾਂ ਤੋਂ ਇਹ ਜਿਹੜੀ ਪਰੰਪਰਾ ਚੱਲਦੀ ਆਈ ਹੈ ਹਰ ਸਾਲ ਮੈਂ ਜਲਾਈ ਦੇ ਮਹੀਨੇ ਜੇ ਜਾ ਕੇ ਬੂਟੇ ਲਾਉਣਾ ਹੁੰਦਾ ਤੇ ਕੱਲੇ ਬੂਟੇ ਲਾਉਣਾ ਬੜਾ ਸੌਖਾ ਹੈ ਇੱਕ ਮੈਂ ਗੱਲ ਕਹਿ ਦੇਣਾ ਚਾਹੁੰਦਾ ਬੂਟਾ ਲਾਉਣਾ ਬੜਾ ਸੌਖਾ ਹੈ ਸਭ ਤੋਂ ਔਖੀ ਕੰਮ ਬੂਟੇ ਨੂੰ ਪਾਲਣਾ ਪਾਲਣਾ ਨੂੰ 5 ਸਾਲ ਤੱਕ ਤਾਂ ਪੂਰੀ ਦੇਖਰੇਖ ਜਿਹੜੀ ਬੂਟੇ ਦੀ ਕਰਨੀ ਪੈਂਦੀ ਹੈ ਇਸ ਤੋਂ ਬਾਅਦ ਵੀ ਕਰਨੀ ਪੈਂਦੀ ਆ ਉਹਨੂੰ ਪਾਣੀ ਲਾਉਣਾ ਨਹੀਂ ਤਾਂ ਬੂਟੇ ਲਾ ਤੇ ਸੁੱਕ ਗਏ ਲਾ ਤੇ ਸੁੱਕ ਗਏ ਇਹ ਗੱਲਾਂ ਸਾਰੀਆਂ ਤੁਸੀਂ ਦੇਖ ਲਈਓ ਇਸ ਕਰਕੇ ਮੈਂ ਹਰ ਇੱਕ ਨੌਜਵਾਨ ਨੂੰ ਬੇਨਤੀ ਕਰਦਾ ਇੱਕ ਉਹਦੀ ਯਾਦ ਦੇ ਵਿੱਚ ਪੰਜ ਤੋਂ ਜਿਹੜੇ 10 ਬੂਟੇ ਇੱਕ ਨੌਜਵਾਨ ਲਗਾਵੇ 22 ਦੀ ਯਾਦ ਦੇ ਵਿੱਚ 22 ਦੇ ਬਾਪੂ ਨੇ ਵੀ ਰੋਂਦੇ ਰੋਂਦੇ ਨੇ ਇਹ ਗੱਲ ਕਹੀ ਸੀਗੀ ਕਹਿੰਦਾ ਨਾ ਵੀ ਜਦੋਂ ਆ ਸੰਸਕਾਰ ਦੀ ਗੱਲ ਚੱਲੀ ਵੀ ਸਮਸ਼ਾਨ ਘਾੜ ਚ ਕਰਨਾ ਜਾਂ ਖੇਤ ਦੇ ਵਿੱਚ ਕਰਨਾ ਉਹ ਤੇ ਬਾਈ ਦਾ ਬਾਪੂ ਵੀ ਇਹ ਗੱਲ ਕਹਿ ਰਿਹਾ ਸੀਗਾ ਵੀ ਮੈਂ ਉਹਦੀ ਯਾਦ ਦੇ ਵਿੱਚ ਇੱਕ ਬਾਗ ਲਗਾਉਂਗਾ ਖੇਤ ਦੇ ਵਿੱਚ। ਇਹੋ ਜੀ ਗੱਲ ਬਾਈ ਦਾ ਬਾਪੂ ਕਰ ਰਿਹਾ ਸੀਗਾ ਮਨ ਬੜਾ ਭਰਿਆ ਹੋਇਆ ਸੀਗਾ। ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਆਪਾਂ ਨੂੰ ਚਾਹੀਦਾ। ਦੂਜੀ ਗੱਲ ਸਿੱਧੂ ਬਾਈ ਦੁਨੀਆ ਦਾ ਚਿਹਤਾ ਸੀਗਾ। ਕਿਸੇ ਦਾ ਵੀ ਕੋਈ ਖੁਸ਼ੀ ਆ ਗਮੀ ਆ। ਖੁਸ਼ੀ ਦੇ ਵਿੱਚ ਤੁਸੀਂ ਖੁਸ਼ੀ ਵੀ ਇਸ ਤਰ੍ਹਾਂ ਬੂਟੇ ਲਗਾ ਕੇ ਜਿਹੜੀ ਸਾਂਝੀ ਕਰ ਸਕਦੇ ਹੋ। ਕਈ ਜਨਮਾਂ ਨਾਲ ਤੁਸੀਂ ਮਹਿੰਗੇ ਕੇਕ ਕੱਟਦਨੇ ਆ। ਜਾ ਤੁਹਾਡਾ ਕੋਈ ਕਿਸੇ ਵੀ ਤਰ੍ਹਾਂ ਤੁਹਾਡਾ ਕੋਈ ਪਰਿਵਾਰ ਦਾ ਵਿਛੋੜਾ ਹੁੰਦਾ ਤੁਹਾਡੇ ਦੁੱਖ ਹੁੰਦਾ ਦੁੱਖ ਸੁੱਖ ਨੂੰ ਪੈਰਲਰ ਰੱਖ ਕੇ ਚੱਲਣਾ ਚਾਹੀਦਾ ਦੁੱਖ ਵੇਲੇ ਵਾਲਾ ਦੁਖੀ ਨਾ ਹੋ ਤੇ ਸੁੱਖ ਵੇਲੇ ਵਾਲਾ ਖੁਸ਼ ਨਾ ਹੋ ਇਹ ਇਹਨੂੰ ਕਹਿੰਦੇ ਨੇ ਕਿ ਜਿਹੜੀ ਗਰਬਾਣੀ ਦੇ ਵਿੱਚ ਆਨੰਦ ਦੀ ਅਵਸਥਾ ਇਸ ਕਰਕੇ ਤੁਸੀਂ ਆਪਣੇ ਯਾਦ ਦੇ ਵਿੱਚ ਉਹਨਾਂ ਦੀ ਆਪਣੇ ਪਿਆਰਿਆਂ ਦੀ ਯਾਦ ਦੇ ਵਿੱਚ ਜਿਹੜਾ ਕੁਛ ਨਾ ਕੋਈ ਚੰਗਾ ਕਰੋ ਤਾਂ ਕਿ ਉਹਨਾਂ ਦੀ ਰੂਹਾਂ ਨੂੰ ਸ਼ਾਂਤੀ ਮਿਲੇ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਪਿਆਰ ਕਰਦੇ ਨੇ ਹਰ ਇੱਕ ਪਿੰਡਾਂ ਦੇ ਨੌਜਵਾਨਾਂ ਨੂੰ ਬੇਨਤੀ ਆ ਅਸੀਂ ਜਿਹੜਾ ਦਰਖਤ ਤੇ ਕੱਲ ਨੂੰ ਲਾਵਾਂਗੇ ਕਿਉਂਕਿ ਨੌਜਵਾਨ ਸਾਡੇ ਕੋਲੇ ਸਵੇਰੇ ਪਹੁੰਚ ਅਸੀਂ ਇੱਕ ਜੰਗਲ ਤਿਆਰ ਕਰ ਰਹੇ ਹਾਂ ਉਹਦੇ ਵਿੱਚ ਜਿਹੜੀਆਂ ਬੂਟੇ ਦੀਆਂ ਕਿਸਮਾਂ ਵਧਾਈ ਜਾਵਾਂਗੇ ਤੇ ਉਹ ਨੌਜਵਾਨਾਂ ਨੂੰ ਬੇਨਤੀ ਹੈ ਵੀ ਹਰ ਇੱਕ ਥਾਮਾਂ ਦੇ ਵਿੱਚ ਜਿਹੜੇ ਆ ਤੁਸੀਂ ਬੂਟੇ ਲਗਾਓ ਤਾਂ ਕਿ ਜਿਹੜੀ ਉਸ ਬਾਈ ਦੀ ਰੂਹ ਨੂੰ ਸ਼ਾਂਤੀ ਮਿਲ ਸਕੇ ਇੰਨੇ ਕਿ ਮੈਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਸੀਗੀਆਂ ਤੇ ਸਾਰਿਆਂ ਦਾ ਧੰਨਵਾਦ ਜੀ